ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕੈਲਗਰੀ ਤੋਂ ਦਲਵੀਰ ਜੱਲੋਵਾਲੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ, ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਸਾਡੇ ਕੈਲਗਰੀ ਦੇ ਮੌਜੂਦਾ MP ਜਸਰਾਜ ਹੱਲਨ ਜੀ, ਜਿਨ੍ਹਾਂ ਦਾ ਏਰੀਆ ਹੈ ਕੈਲਗਰੀ ਫੋਰੈਸਟ ਲੋਨ, ਜਿਹੜੇ ਕਿ ਮੌਜੂਦਾ MP ਵੀ ਆ ਅਤੇ ਦੁਬਾਰਾ ਚੋਣ ਮੈਦਾਨ ਦੇ ਵਿੱਚ ਹਨ। ਸੋ ਪਹਿਲਾਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਬਾਕੀ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਹਾਂ। ਜਗਬਾਣੀ TV 'ਤੇ ਨਿੱਘਾ ਸਵਾਗਤ ਹੈ ਜਸਰਾਜ ਹੱਲਨ ਜੀ ਤੁਹਾਡਾ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਤੁਸੀਂ ਆਪਣੇ ਜੀਵਨ ਬਾਰੇ, ਰਾਜਨੀਤੀ ਦੇ ਵਿੱਚ ਆਉਣ ਦਾ ਸੁਭਾਵ ਕਿਵੇਂ ਬਣਿਆ, ਆਪਣੀ ਪੜ੍ਹਾਈ ਬਾਰੇ, ਆਪਣੇ ਜਨਮ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਚਾਨਣਾ ਪਾਵੇ। ਬਿਲਕੁਲ ਜੀ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ। ਮੇਰਾ ਬਰਥ ਦੁਬਈ ਦਾ ਹੋਇਆ ਆ ਅਤੇ ਮੈਂ 5 ਸਾਲਾਂ ਦਾ ਸੀਗਾ ਜਦੋਂ ਅਸੀਂ ਕੈਨੇਡਾ ਮੂਵ ਹੋਏ ਸੀਗੇ। ਐਸੀ ਰਾਈਡਿੰਗ ਦੇ ਵਿੱਚ ਮੂਵ ਹੋਈ ਸੀ, ਮੈਂ ਪਲਿਆ ਵੀ ਐਸ ਰਾਈਡਿੰਗ ਦੇ ਵਿੱਚ, ਅਤੇ ਮੈਂ ਆਪਣੇ ਯੂਨੋ ਮਾਮ ਡੈਡ ਦਾ ਬਹੁਤ ਥੈਂਕ ਯੂ ਕਰਦਾ ਹਾਂ, ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਇੱਕ ਕੈਨੇਡੀਅਨ ਦਾ ਸੁਪਨਾ ਸਾਡੇ ਲਈ, ਉਹਨਾਂ ਨੇ ਇੰਨੇ ਹਾਰਡ ਵਰਕ ਮਿਹਨਤ ਨਾਲ ਕਰਕੇ ਸਾਡੇ ਲਈ ਉਹਨਾਂ ਨੇ ਉਹ ਸਾਨੂੰ ਦਿਖਾਇਆ। ਅਤੇ ਬੇਸਿਕਲੀ ਸਾਡਾ ਮੇਰੀ ਸਕੂਲਿੰਗ ਵੀ ਸਾਰੀ ਇੱਥੇ ਹੋਈ ਆ। ਅੱਛਾ। ਅਤੇ ਮੈਂ ਫਿਰ ਅਕਾਊਂਟਿੰਗ ਕੀਤੀ ਆ ਹਾਈ ਸਕੂਲ ਤੋਂ ਬਾਅਦ, ਅਤੇ ਉਸ ਤੋਂ ਬਾਅਦ ਫਿਰ ਅਸੀਂ ਸਮਾਲ ਬਿਜ਼ਨਸ ਦੇ ਰੂਪ ਦੇ ਤੌਰ 'ਤੇ ਅਸੀਂ ਇੱਕ ਹੋਮ ਬਿਲਡਿੰਗ ਕੰਪਨੀ ਸ਼ੁਰੂ ਕੀਤੀ ਸੀਗੀ। ਸੋ 11 ਸਾਲ ਦੇ ਵਿੱਚ ਉਹਦੇ ਨਾਲ ਦੇ ਨਾਲ ਸਾਨੂੰ ਸੇਵਾ ਕਰਨ ਦਾ ਵੀ ਬਹੁਤ ਮੌਕਾ ਮਿਲਿਆ, ਵੱਖਰੀਆਂ ਵੱਖਰੀਆਂ ਚੈਰਿਟੀਜ਼ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਥਰੂ ਅਤੇ ਹੋਰ ਕੋਈ ਜਿਹੜੀਆਂ ਔਰਗਨਾਈਜੇਸ਼ਨਸ ਹੈਗੀਆਂ ਉਹਦੇ ਵਿੱਚ ਸਾਨੂੰ ਚੈਰਿਟੀ ਕਰਨ ਦਾ ਮੌਕਾ ਮਿਲਿਆ। ਅਤੇ ਮੇਰਾ ਬਚਪਨ ਤੋਂ ਹੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹੇ ਹਾਂ, ਅਤੇ ਜਿੰਨੀਆਂ ਅਸੀਸਾਂ ਸਾਨੂੰ ਬਜ਼ੁਰਗਾਂ ਤੋਂ ਮਿਲੀਆਂ ਅਸੀਂ, ਮੈਂ ਕਹਿੰਦਾ ਤਾਂ ਹੀ ਅਸੀਂ ਇੱਥੇ ਆਪਣੇ ਪੈਰ 'ਤੇ ਖੜ੍ਹੇ ਹਾਂ ਅੱਜ ਦੀ ਡੇਟ ਦੇ ਵਿੱਚ। ਅਤੇ 2019 ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀਗਾ MP ਦੀ ਚੋਣ, ਉਹ ਇੱਕ ਜਿਹੜੀ ਆਹ ਸੀਟ ਸੀਗੀ ਖੁੱਲ੍ਹ ਗਈ ਸੀ। ਜਿਹੜੇ ਪੁਰਾਣੇ MP ਸੀਗੇ, ਦਲੇਟ ਆਨਰੇਬਲ ਦੀਪਕ ਰਾਏ ਜੀ, ਉਹ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਨੋਮੀਨੇਸ਼ਨ ਹੋਈ ਸੀ, ਅਸੀਂ ਕਿਰਪਾ ਨਾਲ ਉਹ ਜਿੱਤ ਕੇ ਫਿਰ 2019 ਦੇ ਵਿੱਚ ਬਣ ਗਏ ਸੀਗੇ MP। ਅਤੇ ਉਹ ਤੋਂ ਪਹਿਲਾਂ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ, ਸਾਡੇ ਅਸੀਂ ਸਭ ਨੂੰ ਜਾਣਦੇ ਹਾਂ ਸਾਡੇ ਲੇਟ ਭਰਾ ਮਨਮੀਤ ਸਿੰਘ ਭੁੱਲਰ ਜੀ, ਜਿਨ੍ਹਾਂ ਨੇ ਸਾਨੂੰ ਨੋਟ ਜਸਟ ਮੀ ਬਟ ਬਹੁਤ ਸਾਰਿਆਂ ਨੂੰ ਇੰਨਾ ਇੰਸਪਾਇਰ ਕੀਤਾ ਸੀਗਾ ਇਸ ਪਾਸੇ ਲਾਉਣਾ। ਪਰ ਪੋਲੀਟਿਕਸ ਤੋਂ ਪਹਿਲਾਂ ਉਹਨਾਂ ਦਾ ਚਾਅ ਸੀਗਾ ਵੀ ਸਾਰਿਆਂ ਨੂੰ ਸੇਵਾ ਵੱਲ ਲਾਈਏ, ਅਤੇ ਉਹ ਸੇਵਾ ਦੇ ਵਿੱਚ ਹੀ ਵਿੱਚ ਹੀ ਉਹਨਾਂ ਨਾਲ ਜਦੋਂ ਗੱਲਾਂ ਸ਼ੁਰੂ ਹੋਈਆਂ, ਉਹਨਾਂ ਦੇ ਡੈਥ ਤੋਂ ਪਹਿਲਾਂ ਉਹਨਾਂ ਨੇ ਵੀ ਮੈਨੂੰ ਬਹੁਤ ਯੂਨੋ ਇੰਸਪਾਇਰ ਕੀਤਾ ਸੀਗਾ ਵੀ ਆਹ ਲਾਈਨ ਦੇ ਵਿੱਚ ਤੈਨੂੰ ਆਉਣਾ ਪੈਣਾ, ਉਹਨਾਂ ਨੇ ਮੈਨੂੰ ਆਪ ਕਿਹਾ ਸੀਗਾ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਚਾਅ ਜਾ ਹੋ ਗਿਆ ਸੀਗਾ, ਅਤੇ ਉਸ ਤੋਂ ਬਾਅਦ ਫਿਰ ਯੂਨੋ ਮੈਨੂੰ ਚਾਂਸ ਮਿਲਿਆ ਸੀ MP ਬਣਨ ਦਾ। ਠੀਕ ਹੈ ਜੀ, ਤੁਸੀਂ ਮੌਜੂਦਾ MP ਹੋ, ਉਸ ਟਰਮ ਦੌਰਾਨ ਜਿਹੜੇ ਤੁਸੀਂ ਕੰਮ ਕੀਤੇ ਉਹਨਾਂ ਬਾਰੇ ਥੋੜ੍ਹਾ ਚਾਨਣਾ ਪਾਓਗੇ? ਬਿਲਕੁਲ ਜੀ, ਸੋ ਇਸ ਟਾਈਮ 'ਤੇ ਜਦੋਂ ਇਲੈਕਸ਼ਨ ਕਾਲ ਹੁੰਦੀਆਂ ਅਸੀਂ ਫਿਰ ਇੱਕ ਉਮੀਦਵਾਰ ਬਣ ਜਾਂਦੇ ਹਾਂ, ਅਸੀਂ MP ਨਹੀਂ ਹੈਗੇ ਇਸ ਟਾਈਮ 'ਤੇ, ਉਹੀ ਅਸੀਂ ਚੋਣ ਦੇ ਵਿੱਚ ਟਰਾਈ ਕਰ ਰਹੇ ਹਾਂ ਦੁਬਾਰਾ। ਅਤੇ ਪਿਛਲੇ ਸਾਡੇ ਤਕਰੀਬਨ 2 ਸਾਲ ਬਹੁਤ ਹੀ ਵਧੀਆ ਰਹੇ ਆ ਜੀ, ਅਸੀਂ ਇੱਕ ਆਪੋਜੀਸ਼ਨ ਰੂਪ ਦੇ ਵਿੱਚ, ਮੈਨੂੰ ਇਮੀਗ੍ਰੇਸ਼ਨ ਕਮੇਟੀ 'ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਮੈਂ ਸ਼ੈਡੋ ਮਿਨਿਸਟਰ ਵੀ ਰਿਹਾ ਇਮੀਗ੍ਰੇਸ਼ਨ ਦਾ। ਸੋ ਪਰਸਨਲ ਤੌਰ 'ਤੇ ਕਈ ਕਈ ਵਧੀਆ ਸਾਡੇ ਕਹਿ ਲਓ ਵੀ ਜਿੱਤ ਪ੍ਰਾਪਤਾਂ ਹੋਈਆਂ। ਇੱਕ ਬਹੁਤ ਵੱਡੀ ਜਿੱਤ ਸੀਗੀ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀਗਾ, ਇੱਕ ਪੋਲਿਸੀ RCMP ਨੇ ਪਾਸ ਕੀਤੀ ਸੀ, ਉਹ ਮਾਸਕ ਦਾ ਕੋਈ ਬਹੁਤ ਡਿਸਕ੍ਰਿਮੀਨੇਟਰੀ ਪੋਲਿਸੀ ਸੀਗੀ, ਜਿਹੜੇ ਸਾਡੇ ਮੁਸਲਿਮ ਜਾਂ ਸਾਡੇ ਭਾਈਚਾਰੇ ਚੋਂ ਜਿਹਨਾਂ ਦੀਆਂ ਦਾੜੀਆਂ ਸੀਗੀਆਂ ਉਹਨਾਂ ਨੂੰ ਐਕਟਿਵ ਡਿਊਟੀ ਤੋਂ ਕੋਲ ਕੀਤਾ ਗਿਆ ਸੀਗਾ। 6 ਮਹੀਨੇ ਇੱਕ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਸਿੱਖ ਮਿਨਿਸਟਰਸ, ਲਿਬਰਲ ਮਿਨਿਸਟਰਸ ਨੂੰ ਈਮੇਲਾਂ ਭੇਜੀਆਂ, ਫੋਨ ਕਾਲਾਂ ਕੀਤੀਆਂ, ਅਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹਦੇ 'ਤੇ। ਮੈਂ ਫਿਰ 2 ਵਾਰ ਖੜ੍ਹੇ ਹੋ ਕੇ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਪੁੱਛਿਆ ਸੀਗਾ ਵੀ ਆਹ ਇੰਨੀ ਡਿਸਕ੍ਰਿਮੀਨੇਟਰੀ ਪੋਲਿਸੀ ਆ, ਸਾਡੇ ਜਿਹੜੇ ਭਾਈਚਾਰੇ ਦੇ ਆ, ਮੁਸਲਿਮ ਭਾਈਚਾਰੇ ਦੇ ਆ, ਉਹਨਾਂ ਨੂੰ ਐਕਟਿਵ ਡਿਊਟੀ 'ਤੇ ਦੁਬਾਰਾ ਜਾਣਾ ਚਾਹੀਦਾ ਆ, ਜਿਹੜਾ ਮਾਸਕ ਦਾ ਪੋਲਿਸੀ ਆ ਬਹੁਤ ਡਿਸਕ੍ਰਿਮੀਨੇਟਰੀ ਆ। ਉਸ ਹੀ ਦਿਨ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਪੋਲਿਸੀ ਵਾਪਸ ਲੈ ਲਈ ਸੀਗੀ, ਸਾਡੇ ਜਿਹੜੇ ਭਾਈਚਾਰੇ ਚੋਂ ਆ ਉਹ ਫਿਰ ਐਕਟਿਵ ਡਿਊਟੀ 'ਤੇ ਫਿਰ ਦੁਬਾਰਾ ਚਲੇ ਗਏ ਆ। ਅਲਬਰਟਾ ਨੇ ਅਸੀਂ ਆਲਵੇਜ਼ ਹੱਕ ਦੀ ਗੱਲ ਕੀਤੀ ਆ,
ਅਲਬਰਟਾ ਦੀ ਹੈ। ਸਾਨੂੰ ਪਤਾ ਹੈ ਵੀ ਲਿਬਰਲ ਸਰਕਾਰ ਨੇ ਕਦੀ ਅਲਬਰਟਾ ਨੂੰ ਕੋਈ ਧਿਆਨ ਨਹੀਂ ਦਿੱਤਾ, ਨਾ ਸਾਡੀ ਹੈਲਪ ਕੀਤੀ ਆ। ਸੋ ਮੈਂ ਤੇ ਆਪਣੇ ਕੋਲੀਗਸ ਨੇ ਆਲਵੇਸ ਹਮੇਸ਼ਾ ਅਲਬਰਟਾ ਜੋਬਸ ਇਕਨੋਮੀ ਦੇ ਹੱਕ ਦੇ ਵਿੱਚ ਗੱਲ ਕੀਤੀ ਆ। ਮੈਂ ਐਂਡ ਆਫ ਪਾਰਲੀਮੈਂਟ ਇੱਕ ਮੈਂ ਬਿੱਲ ਪੇਸ਼ ਕੀਤਾ ਸੀਗਾ। ਉਹ ਬਿੱਲ ਪੇਸ਼ ਕਰਨ ਦਾ ਇਹੀ ਸੀਗਾ ਵੀ ਜਿਹੜੇ ਸਾਡੇ ਯੂਥ ਆ, ਜਿਹੜੇ ਲੋਕੀ ਐਕਸਪਲੋਇਟ ਕਰਦੇ ਆ ਸਾਡੇ ਯੂਥ ਨੂੰ, ਉਹਨਾਂ ਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਆ। ਇੱਕ ਫੈਕਟਰ ਹੁੰਦਾ ਆ ਗਰੂਮਿੰਗ ਦਾ, ਵੀ ਬੱਚੇ ਨੂੰ ਕਨਵਿੰਸ ਕਰਨਾ ਆਨਲਾਈਨ ਭਾਵੇਂ ਇਨ ਪਰਸਨ ਜਾਂ ਫੋਨ ਤੇ ਬੱਚੇ ਨੂੰ ਕਨਵਿੰਸ ਕਰਨਾ, ਫਿਰ ਉਹਨਾਂ ਨੂੰ ਐਕਸਪਲੋਇਟ ਕਰਨਾ ਆ। ਜਿਹੜਾ ਉਹ ਲੂਰਿੰਗ ਦਾ ਬਿਹੇਵੀਅਰ ਆ ਉਹਨੂੰ ਗਰੂਮਿੰਗ ਕਹਿੰਦੇ ਆ। ਉਹਦੇ ਲਈ ਇੱਕ ਬਿੱਲ ਮੈਂ ਪੇਸ਼ ਕੀਤਾ ਸੀਗਾ ਵੀ ਜਿਹੜਾ ਉਹ ਗਰੂਮਿੰਗ ਬਿਹੇਵੀਅਰ ਆ, ਜੱਜ ਨੂੰ ਉਹ ਕੰਸਿਡਰ ਕਰਨਾ ਚਾਹੀਦਾ ਜਦੋਂ ਉਹ ਸੈਂਟੈਂਸ ਹੈਂਡ ਆਊਟ ਕਰਦੇ ਆ। ਉਹਦੇ ਨਾਲ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਹੋਰ ਵੀ ਸੈਂਟੈਂਸ ਮਿਲਣੀ ਚਾਹੀਦੀ ਆ ਜਿਹੜੇ ਬੱਚਿਆਂ ਨੂੰ ਐਕਸਪਲੋਇਟ ਕਰਦਾ ਆ। ਤੇ ਇਮੀਗ੍ਰੇਸ਼ਨ ਦੇ ਵਿੱਚ ਵੀ ਸਾਨੂੰ ਜਿਹੜਾ ਇਮੀਗ੍ਰੇਸ਼ਨ ਕਮੇਟੀ ਦੇ ਬੈਠ ਕੇ ਸਾਨੂੰ ਜਿੰਨਾ ਮੌਕਾ ਮਿਲਿਆ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਚੀਜ਼ਾਂ ਅਸੀਂ ਅੱਗੇ ਨਹੀਂ ਆਉਂਦੀਆਂ। ਇਮੀਗ੍ਰੇਸ਼ਨ ਦੇ ਤਾਂ ਕਾਫੀ ਮੁੱਦੇ ਆ, ਸਪੋਜ਼ਲ ਹੋ ਗਏ, ਪੇਰੈਂਟਸ ਗ੍ਰੈਂਡ ਪੇਰੈਂਟਸ, ਘਰਾਂ ਦੀਆਂ ਕੀਮਤਾਂ ਕਾਫੀ ਵੱਧ ਗਈਆਂ, ਇਹਨਾਂ ਬਾਰੇ ਥੋੜਾ ਜਿਹਾ ਚਾਨਣਾ ਪਾਓ। ਬਿਲਕੁਲ ਜੀ, ਦੇਖੋ ਇਮੀਗ੍ਰੇਸ਼ਨ ਜਿੱਦਾਂ ਮੈਂ ਸੋਚਦਾ ਹੁੰਦਾ, ਇਮੀਗ੍ਰੇਸ਼ਨ ਨਾਨ ਪਾਰਟੀਜ਼ਨ ਇਸ਼ੂ ਹੋਣਾ ਚਾਹੀਦਾ। ਸਾਨੂੰ ਪਤਾ ਹੈ ਵੀ ਜਿਹੜੀ ਇਮੀਗ੍ਰੇਸ਼ਨ ਆ ਉਹ ਕੈਨੇਡਾ ਦੀ ਬੈਕਬੋਨ ਵੀ ਆ ਤੇ ਸਕਸੈਸ ਵੀ ਆ, ਪਰ ਜਿਹੜਾ ਪ੍ਰੋਸੈਸ ਆ ਇਮੀਗ੍ਰੇਸ਼ਨ ਦਾ ਉਹ ਬੈਟਰ ਕਰਨਾ ਚਾਹੀਦਾ। ਬਿਲਕੁਲ, ਉਹ ਬਹੁਤ ਲੰਮਾ ਸਮਾਂ ਲੱਗਦਾ, ਬਹੁਤ ਲੰਮਾ ਸਮਾਂ। ਤੇ ਭਾਜੀ ਤੁਸੀਂ ਵੀ ਆਏ ਹੋ ਸਾਡੇ ਆਫਿਸ ਦੇ ਵਿੱਚ ਹੈਲਪ ਲੈਣ ਲਈ, ਤੁਹਾਨੂੰ ਪਤਾ ਆ ਇੱਕ ਮੈਂ ਚੀਜ਼ ਦੇਖੀ ਆ ਵੀ ਜਿੰਨੀ ਸਾਡੀ ਬੈਕਲੌਗ ਆ, ਲਿਬਰਲ ਮੇਡ ਬੈਕਲੌਗ ਆ, ਉਹ ਫੈਮਿਲੀ ਨੂੰ ਹਰਟ ਕਰ ਰਹੀ ਆ, ਸਾਡੀ ਇਕਾਨਮੀ ਨੂੰ ਹਰਟ ਕਰ ਰਹੀ ਆ। ਨਵੀਆਂ ਅਨਾਊਂਸਮੈਂਟਾਂ ਅਸੀਂ ਸੁਣਨ ਨੂੰ ਮਿਲਦੀਆਂ, ਪਰ ਜਿਹੜਾ ਬੈਕਗਰਾਊਂਡ ਜਿਹੜਾ ਬੈਕਲੌਗ ਆ ਉਹ ਧਿਆਨ ਨਹੀਂ ਦੇ ਰਹੀ ਲਿਬਰਲ ਗਵਰਨਮੈਂਟ, ਉਹਦੇ ਕਰਕੇ ਬਹੁਤ ਜ਼ਿਆਦਾ ਸਾਡੀ ਇਕਾਨਮੀ ਤੇ ਲੋਕੀ ਸਫ਼ਰ ਕਰ ਰਹੇ ਆ। ਭਾਵੇਂ ਤੁਸੀਂ ਦੇਖ ਲਓ ਗ੍ਰੈਂਡ ਪੇਰੈਂਟਸ ਐਂਡ ਪੇਰੈਂਟਸ ਸਪਾਊਸਲ ਯੂਨੀਫਿਕੇਸ਼ਨ ਐਂਡ ਈਵਨ ਜਿਹੜਾ ਸਾਡਾ ਟੀ ਆਰ ਦਾ ਪ੍ਰੋਗਰਾਮ ਆ, ਬਹੁਤ ਜ਼ਿਆਦਾ ਰੁਕਾਵਟਾਂ ਮਿਲਦੀਆਂ ਬਿਕਾਜ਼ ਆਫ ਜਿੰਨਾ ਇਹ ਬੈਕਲੌਗ ਇਹ ਕਲੀਅਰ ਨਹੀਂ ਕਰ ਰਹੇ। ਨਾਲੇ ਪ੍ਰੋਸੈਸ ਮੈਂ ਕਹਿੰਦਾ ਵੀ ਹੁਣ ਸਾਨੂੰ ਅਸੀਂ 2020 ਵਿਦਵਾਨ ਦੇ ਵਿੱਚ ਹਾਂ, ਹੁਣ ਸਾਰਾ ਆਨਲਾਈਨ ਕਰਨਾ ਚਾਹੀਦਾ। ਲੋਕੀ ਜਿਹੜੇ ਅਪਲਾਈ ਕਰ ਰਹੇ ਆ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਜ਼ਿਆਦਾ ਟ੍ਰਾਂਸਪੇਰੈਂਸੀ ਵੀ ਚਾਹੀਦੀ ਆ, ਤੇ ਉਹਨਾਂ ਨੂੰ ਚਾਹੀਦਾ ਐਫੀਸ਼ੀਐਂਟ ਸਿਸਟਮ ਲਿਆਉਣਾ ਚਾਹੀਦਾ ਸਾਨੂੰ। ਸੋ ਜਿਹੜੀ ਘਰਾਂ ਦੀ ਕੀਮਤਾਂ ਨੇ, ਸਾਡੀ ਪਾਰਟੀ ਨੇ ਇੱਕ ਜਿਹੜਾ ਸਾਡਾ ਪਲੇਟਫਾਰਮ ਆ, ਅਸੀਂ ਉਹਦੇ ਵਿੱਚ ਐਨ ਕਲੀਅਰ ਕੱਟ ਇੱਕ ਪਾਲਿਸੀ ਵੀ ਰੱਖੀ ਆ। ਠੀਕ ਹੈ ਜੀ, ਅਸੀਂ ਜੋ ਮੈਂ ਵੀ ਆਪ ਹੋਮ ਬਿਲਡਿੰਗ ਇੰਡਸਟਰੀ ਚੋਂ ਹੈਗਾ ਆ, ਸਾਡੀ ਸਪਲਾਈ ਦੀ ਪ੍ਰੋਬਲਮ ਆ, ਪ੍ਰਾਈਸਾਂ ਉੱਪਰ ਗਈਆਂ, ਇੱਕ ਤਾਂ ਸਪਲਾਈ ਦੀ ਪ੍ਰੋਬਲਮ ਆ ਸਾਨੂੰ, ਤੇ ਇੱਕ ਹੈਗੀ ਆ ਜਿਹੜੇ ਫੋਰਨ ਮਾਰਕੀਟਸ ਤੋਂ ਬਾਹਰੋਂ ਜਦੋਂ ਲੋਕੀ ਬਿੱਡ ਕਰਦੇ ਆ ਘਰਾਂ ਤੇ, ਉਹ ਆਪੇ ਉਹ ਘਰਾਂ ਦੀਆਂ ਕੀਮਤਾਂ ਉੱਪਰ ਆਪ ਹੀ ਕਰ ਦਿੰਦੇ ਆ। ਸੋ ਉਹ ਦੋ ਚੀਜ਼ਾਂ ਨੂੰ ਟੈਕਲ ਕਰਨ ਲਈ ਅਸੀਂ ਇੱਕ ਪਲਾਨ ਲਿਆ ਰਹੇ ਹਾਂ, ਜਿਹਦੇ ਵਿੱਚ ਅਸੀਂ 1 ਮਿਲੀਅਨ ਹੋਮ 3 ਸਾਲਾਂ ਦੇ ਵਿੱਚ ਬਣਾ ਰਹੇ ਹਾਂ। ਅੱਛਾ ਜੀ, ਤੇ ਅਸੀਂ ਜਿਹੜਾ ਫੋਰਨ ਹੋਮ ਬਾਇਰ ਆ ਉਹਨਾਂ ਤੇ ਵੀ ਅਸੀਂ ਪਾਬੰਦੀਆਂ ਲਾਉਣੀਆਂ, ਤੇ ਉਹਨਾਂ ਨੂੰ ਰੋਕਣਾ ਆ ਵੀ ਉਹ ਮੱਲੋ-ਮੱਲੀ ਪ੍ਰਾਈਸਾਂ ਨਾ ਵਧਾਉਣ ਘਰਾਂ ਦੀਆਂ। ਸੋ ਇਹ ਦੋ ਚੀਜ਼ਾਂ ਬਹੁਤ ਮੇਨ ਨੇ ਸਾਡਾ। ਕਈ ਜਿਹੜੇ ਜਿਨ੍ਹਾਂ ਨੇ ਰਿਪੋਰਟ ਵੀ ਕੀਤਾ ਸਾਡੇ ਪਲਾਨ ਤੇ, ਉਹ ਕਹਿੰਦੇ ਆ ਇਹ ਇਫੈਕਟਿਵ ਪਲਾਨ ਆ, ਤੇ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਇੱਕ ਹੋਰ ਵੀ ਚੀਜ਼ ਨਾਲ ਤਾਇਨ ਹੋ ਜਾਂਦੀ ਹੈ ਅਫੋਰਡੇਬਿਲਟੀ। ਅੱਜ ਦੀ ਡੇਟ ਦੇ ਵਿੱਚ ਜਿੰਨਾ ਕੈਨੇਡਾ ਬੋਰੋ ਕਰ ਰਿਹਾ, ਹਾਂਜੀ, $424 million ਸਾਡੇ ਬੋਰੋਇੰਗ ਕਾਸਟ ਹੁਣ ਬਾਹਰ ਜਾਂਦੀ ਆ ਡੇਲੀ। ਸੋ ਸਾਡਾ ਡੈਟ ਲੈਵਲ ਹੁਣ 1.3 trillion ਤੋਂ ਉੱਪਰ ਟੱਪ ਗਿਆ ਆ। ਸਾਡਾ ਪਲਾਨ ਇਹ ਆ ਵੀ ਅਸੀਂ 10 ਸਾਲਾਂ 'ਚ ਬਜਟ ਬੈਲੈਂਸ ਕਰਨਾ ਆ, ਤੇ ਜਿਹੜੀ ਇਨਫਲੇਸ਼ਨ ਦੀ ਰੇਟ ਆ ਵੀ ਤੁਹਾਡਾ ਜਿਹੜਾ $100 ਬੈਂਕ 'ਚ ਆ ਅੱਜ ਦੀ ਡੇਟ ਦੇ ਵਿੱਚ, ਆਹ ਲਿਬਰਲ ਦਾ ਬੋਰੋਇੰਗ ਕਰਕੇ ਤੁਹਾਡਾ $100 ਨਹੀਂ ਰਿਹਾ, 3.7 ਸਭ ਤੋਂ ਹਾਈਐਸਟ ਇਨਫਲੇਸ਼ਨ ਰੇਟ ਆ 20 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ। ਉਹਦੇ ਲਈ ਅਸੀਂ ਇੱਕ ਤਾਂ ਪ੍ਰੋਮਿਸ ਕਰ ਰਹੇ ਹਾਂ ਜੇ ਸਾਡੀ ਸਰਕਾਰ ਬਣ ਜਾਵੇ ਅਸੀਂ ਗਰੋਸਰੀ ਬਿੱਲਸ ਵੀ ਥੱਲੇ ਲੈ ਕੇ ਆਵਾਂਗੇ, ਸੈੱਲ ਫੋਨ ਬਿੱਲਸ, ਜਿਹੜੀ ਅਫੋਰਡੇਬਿਲਟੀ ਆ ਅਸੀਂ ਹਰ ਡੋਰ ਤੇ ਹੀ ਸੁਣਨ ਨੂੰ ਮਿਲਦਾ ਵੀ ਅਫੋਰਡ ਨਹੀਂ ਕਰ ਸਕਦਾ ਕੋਈ ਵੀ ਅੱਜ ਦੀ ਡੇਟ 'ਚ, ਤੇ ਉਹ ਲਿਬਰਲ ਦੀ ਜਿਹੜੀ ਇਨਫਲੇਸ਼ਨ ਰੇਟ ਆ ਜਿਹੜੇ ਉਹਨਾਂ ਨੇ ਵਧਾਈ ਆ ਉਹਦੇ ਕਰਕੇ ਵੀ ਆ। ਸੋ ਉਹ ਚੀਜ਼ਾਂ ਟੈਕਲ ਕਰਨ ਲਈ ਸਾਡਾ ਐਨ ਕਲੀਅਰ ਕੱਟ ਪਲਾਨ ਹੈ। ਅੱਛਾ, ਡੋਰ ਨੋਕਿੰਗ ਵੀ ਤੁਸੀਂ ਜਾਂਦੇ ਹੋ, ਤੇ ਕਿਹੋ ਜਿਹਾ ਹੰਕਾਰ ਆ ਤੁਹਾਡੇ ਹਲਕੇ ਦੇ ਲੋਕਾਂ ਦਾ? ਬਿਲਕੁਲ ਜੀ, ਪਹਿਲਾਂ ਤਾਂ ਕੁਐਸਚਨ ਇਹ ਆ ਸਾਰਿਆਂ ਦਾ ਵੀ ਜਸਟਿਨ ਟਰੂਡੋ ਸਾਹਿਬ ਨੇ ਇਲੈਕਸ਼ਨ ਕਿਉਂ ਕਾਲ ਕੀਤੀ ਆ। ਹਾਂ ਬਿਲਕੁਲ, ਜਦਕਿ 2/3 ਆਫ ਕੈਨੇਡੀਅਨ, ਮੈਜੋਰਿਟੀ ਆਫ ਕੈਨੇਡੀਅਨਸ ਨੇ ਆਪ ਕਿਹਾ ਅਸੀਂ ਇਲੈਕਸ਼ਨ ਨਹੀਂ ਚਾਹੁੰਦੇ। ਬੀਸੀ ਦੇ ਵਿੱਚ ਫਾਇਰਸ ਨਾਲ ਉਹ ਤਾਂ ਬੇਸਿਕਲੀ ਬੀਸੀ ਇਜ਼ ਔਨ ਫਾਇਰ,
ਤਾਂ ਅਫਗਾਨਿਸਤਾਨ ਦਾ ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਮਾੜੀ ਸਿਚੁਏਸ਼ਨ ਆ ਉੱਥੇ, ਅਸੀਂ ਆਪਣੇ ਜਿਨ੍ਹਾਂ ਨੇ ਸਾਨੂੰ ਸਰਵ ਕੀਤਾ ਉਹ ਵਿਚਾਰੇ ਉੱਥੇ ਸਫ਼ਰ ਕਰ ਰਹੇ ਆ ਇਕੱਲੇ ਹੁਣ, ਉਹ ਆਲ ਬਿਕਾਜ਼ ਜਸਟਿਨ ਟਰੂਡੋ ਸਾਹਿਬ। ਅਤੇ ਇੱਕ ਸਾਡਾ ਅਸੀਂ ਦਿਨੋਂ ਦਿਨ ਦੇਖ ਰਹੇ ਹਾਂ ਜਿਹੜੇ ਕੇਸ ਰੇਟਸ ਵੱਧ ਰਹੇ ਆ, ਇਹ ਸਾਰੇ ਕਾਰਨ ਕਰਕੇ ਲੋਕ ਪਰੇਸ਼ਾਨ ਨੇ ਵੀ ਇਲੈਕਸ਼ਨ ਕਿਉਂ ਕਾਲ ਕੀਤੀ ਆ। ਪਹਿਲਾਂ ਹੀ ਕੁਐਸਚਨ ਲੋਕਾਂ ਦਾ ਡੋਰਾਂ 'ਤੇ ਇਹ ਹੁੰਦਾ, ਵਾਈ ਡਿਡ ਜਸਟਿਨ ਟਰੂਡੋ ਕਾਲ ਦਿਸ ਇਲੈਕਸ਼ਨ, ਇਹ ਬਹੁਤ ਸੈਲਫਿਸ਼ ਇਲੈਕਸ਼ਨ ਆ, ਨਾਲੇ $600 million ਦੀ ਇਲੈਕਸ਼ਨ ਕਰਵਾ ਰਿਹਾ ਵੀ ਉਹ ਵੀ ਬੋਝ ਪਾਉਣਾ ਟੈਕਸ ਪੇਅਰ 'ਤੇ, ਆਲ ਬਿਕਾਜ਼ ਆਫ ਸੈਲਫਿਸ਼ ਰੀਜ਼ਨ ਟੂ ਮੇਕ ਮਜੋਰਟੀ। ਅਤੇ ਹੁਣ ਅਸੀਂ ਅਲਬਰਟਾ ਵਿੱਚ ਰਹਿੰਦੇ ਹਾਂ, ਅਸੀਂ ਜੋਬਸ ਐਂਡ ਇਕਾਨਮੀ ਦਾ ਆਲਵੇਜ਼ ਸੁਣਦੇ ਰਹਿੰਦੇ ਹਾਂ, ਅਤੇ ਸਾਡਾ ਪਲਾਨ ਹੈਗਾ ਆ ਅਸੀਂ ਜੋਬਸ ਨੂੰ ਲਿਆਵਾਂਗੇ, ਇਕਾਨਮੀ ਠੀਕ ਕਰਨ ਲਈ ਸਾਡੇ ਕੋਲ ਵੱਡਾ ਪਲਾਨ ਆ, ਅਤੇ ਜਿਹੜਾ ਸਾਡਾ ਐਨਰਜੀ ਸੈਕਟਰ ਆ, ਪਾਈਪ ਲਾਈਨ ਆ ਕਹਿ ਲਓ ਜਾਂ ਜਿੰਨੀ ਵੀ ਸਾਡੀ ਐਗਰੀਕਲਚਰ ਆ, ਉਹਨਾਂ ਲਈ ਸਾਡੇ ਕੋਲ ਪਲਾਨ ਆ ਵੀ ਜਿਹੜੀ ਸਾਡੀ ਇਕਾਨਮੀ ਵਧੀਆ ਹੋ ਜਾਵੇ। ਅਤੇ ਚੋਣ ਸਰਵੇਖਣ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਹੋ ਜਿਹਾ ਗ੍ਰਾਫ ਨਜ਼ਰ ਆ ਰਿਹਾ ਤੁਹਾਨੂੰ? ਗ੍ਰਾਫ ਦੇਖੋ ਜੀ, ਮੈਂ ਤਾਂ ਮੇਰਾ ਸਭ ਤੋਂ ਇੰਪੋਰਟੈਂਟ ਗ੍ਰਾਫ ਡਬਲਯੂ ਫੋਰ ਇਸਲਾਮ ਦਾ ਹੀ ਹੁੰਦਾ ਆ ਵੀ ਅਸੀਂ ਇੱਕ ਤਾਂ ਐਕਸੈਸਿਬਲ ਰਹੀਏ ਆਪਣੇ ਕੰਸਟੀਚੂਐਂਟਸ ਨੂੰ, ਅਤੇ ਉਹਨਾਂ ਦਾ ਜਿਹੜਾ ਇਨਪੁੱਟ ਆ ਮੈਂ ਅੱਗੇ ਲੈ ਕੇ ਉਹਨਾਂ ਦੀ ਆਵਾਜ਼ ਬਣ ਕੇ ਜਾਵਾਂ। ਸੋ ਡੋਰਾਂ 'ਤੇ ਮੈਨੂੰ ਇਹੀ ਹੁੰਦਾ ਆ ਵੀ ਜੇ ਕਿਸੇ ਕੋਲ ਆਂਸਰ ਜੇ ਕੁਐਸਚਨ ਨੇ ਜਾਂ ਕਿਸੇ ਕੋਲ ਕੰਸਰਨ ਆ ਜਾਂ ਕਿਸੇ ਨੂੰ ਹੈਲਪ ਦੀ ਲੋੜ ਆ, ਜਿਹੜਾ ਉਹੀ ਸਭ ਤੋਂ ਇੰਪੋਰਟੈਂਟ ਗ੍ਰਾਫ ਹੁੰਦਾ ਜਿਹੜਾ ਅਸੀਂ ਡੋਰ ਟੂ ਡੋਰ ਜਾ ਕੇ ਫੇਸ ਟੂ ਫੇਸ ਜਾਂ ਓਵਰ ਦਾ ਫੋਨ ਮਿਲਦੇ ਹਾਂ ਲੋਕਾਂ ਨੂੰ, ਉਹ ਗ੍ਰਾਫ ਮੈਨੂੰ ਸਭ ਤੋਂ ਇੰਪੋਰਟੈਂਟ ਲੱਗਦਾ ਹੈ। ਜੀ ਜੀ ਜੀ। ਅੱਛਾ ਜੀ, ਮੈਂ ਅਖੀਰ 'ਚ ਤੁਹਾਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਆਪਣੇ ਜਿਹੜੇ ਵੋਟਰ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਤੇ ਕਿਹੜੀਆਂ ਕਿਹੜੀਆਂ ਨੀਤੀਆਂ ਲੈ ਕੇ ਆਓਗੇ ਜੇ ਤੁਸੀਂ ਐਮ ਪੀ ਬਣਦੇ ਹੋ ਤਾਂ? ਬਿਲਕੁਲ ਜੀ, ਥੈਂਕ ਯੂ। ਸਾਡਾ ਕੰਸਰਵੇਟਿਵ ਦਾ ਜਿਹੜਾ ਪਲੈਟਫਾਰਮ ਆ ਤੁਸੀਂ conservative.ca ਤੇ ਜਾ ਕੇ ਪੂਰੇ ਦਾ ਪੂਰਾ ਦੇਖ ਸਕਦੇ ਹੋ ਜੀ, ਉਹ ਵੀ ਹੁਣ ਕਾਸਟਡ ਪਲੈਟਫਾਰਮ ਆ, ਅਤੇ ਉਹਦੇ 'ਤੇ ਅਸੀਂ ਹਰੇਕ ਸੈਕਟਰ ਹਰੇਕ ਕਹਿ ਲਓ ਵੀ ਜਿੰਨੀਆਂ ਵੀ ਇਸ਼ੂਜ਼ ਜਿਹੜੇ ਕੈਨੇਡੀਅਨ ਸਾਹਮਣੇ ਲੈ ਕੇ ਆਏ ਆ ਉਹਨਾਂ ਲਈ ਸਾਡੇ ਕੋਲ ਪੂਰਾ ਪਲੈਟਫਾਰਮ ਆ, ਜਿਹੜਾ ਅਸੀਂ ਬੈਕ ਔਨ ਟਰੈਕ ਕਹਿ ਲਓ ਜਾਂ ਸਿਕਿਉਰਿੰਗ ਦਾ ਫਿਊਚਰ ਜਿਹੜਾ ਅਸੀਂ ਕਹਿੰਦੇ ਹਾਂ ਉਹ ਕੈਨੇਡਾ ਲਈ ਕਰ ਰਹੇ ਹਾਂ। ਹੁਣ ਸਾਨੂੰ ਪਤਾ ਪੈਂਡੈਮਿਕ ਦੌਰਾਨ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ, ਵੀ ਪਹਿਲਾਂ ਤਾਂ ਅਸੀਂ ਲੋਕਾਂ ਦੀ ਸਪੋਰਟ ਕਿਵੇਂ ਕਰਾਂਗੇ ਅਤੇ ਆਹ ਪੈਂਡੈਮਿਕ ਤੋਂ ਬਾਅਦ ਕਿਵੇਂ ਸਪੋਰਟ ਦੇਵਾਂਗੇ, ਉਹ ਪੂਰੇ ਦਾ ਪੂਰਾ ਪਲਾਨ ਸਾਡੇ ਕੋਲ ਪਲੈਟਫਾਰਮ ਵਿੱਚ ਆ। ਸੋ ਮੇਰਾ ਅਪੀਲ ਇਹੀ ਆ ਸਾਰੇ ਦਰਸ਼ਕਾਂ ਨੂੰ ਵੀ ਸਾਡਾ ਪਲਾਨ ਦੇਖੋ conservative.ca ਤੇ, ਅਤੇ ਸਾਨੂੰ ਕਾਮਯਾਬ ਕਰੋ। ਸਾਡਾ ਹੀ ਇਕੱਲਾ ਪਲਾਨ ਹੈਗਾ ਜਿਹੜਾ ਕੈਨੇਡੀਅਨਸ ਨੂੰ ਸਪੋਰਟ ਕਰੂਗਾ, ਅਤੇ ਗਾਂ ਨੂੰ ਅਸੀਂ ਆਪਣੀ ਇਕਾਨਮੀ ਵੀ ਵਧੀਆ ਕਰਾਂਗੇ ਅਤੇ ਮੈਂਟਲ ਹੈਲਥ 'ਤੇ ਵੀ ਅਸੀਂ ਹੈਲਪ ਫੋਕਸ ਕਰਾਂਗੇ ਕਿ ਸਾਨੂੰ ਪਤਾ ਮੈਂਟਲ ਹੈਲਥ ਬਹੁਤ ਜ਼ਿਆਦਾ ਇਫੈਕਟ ਹੋਇਆ ਲੋਕਾਂ 'ਤੇ ਇਸ ਪੈਂਡੈਮਿਕ ਦੌਰਾਨ। ਸੋ ਸਾਡਾ ਪੂਰੇ ਦਾ ਪੂਰਾ ਪਲਾਨ ਤੁਸੀਂ ਚੈੱਕਆਊਟ ਕਰਕੇ ਇਹੀ ਅਪੀਲ ਆ ਵੀ ਸਾਨੂੰ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ, ਅਤੇ ਮੈਂ ਆਲਵੇਜ਼ ਇਹੀ ਪ੍ਰੋਮਿਸ ਕਰਦਾ ਮੈਂ ਤੁਹਾਡੀ ਆਵਾਜ਼ ਬੰਨਦਾ ਰਹੂੰਗਾ ਆਟੋਆ ਦੇ ਵਿੱਚ। ਠੀਕ ਜੀ। ਸੋ ਇਹ ਸਨ ਜਸਰਾਜ ਹੱਲਨ ਜੀ ਜਿਨ੍ਹਾਂ ਨੇ ਆਪਣੀਆਂ ਨੀਤੀਆਂ ਬਾਰੇ ਦੱਸਿਆ। ਅਸੀਂ ਉਹਨਾਂ ਨੇ ਦੱਸਿਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਮਸਲੇ ਉਹ ਹੱਲ ਕਰਾਂਗੇ, ਅਤੇ ਹੋਰ ਇਹਨਾਂ ਨੇ ਆਪਣੇ ਮਤਲਬ ਘਰਾਂ ਦੀਆਂ ਕੀਮਤਾਂ ਬਾਰੇ ਦੱਸਿਆ, ਉਹ ਵੀ ਮਤਲਬ ਪਲਾਨ ਲੈ ਕੇ ਆ ਰਹੇ ਨੇ। ਸੋ ਇਹਨਾਂ ਨੇ ਆਪਣੇ ਜੀਵਨ ਬਾਰੇ ਦੱਸਿਆ। ਸੋ ਤੁਸੀਂ ਦੇਖਦੇ ਰਹੋ ਜਗਬਾਣੀ ਟੀ ਵੀ, ਅਤੇ ਤੁਹਾਨੂੰ ਪਤਾ ਹੀ ਆ ਵੀ ਚੋਣਾਂ ਜਿਹੜੀਆਂ 20 ਸਤੰਬਰ ਨੂੰ ਹੋ ਰਹੀਆਂ ਆ। ਸੋ ਵੋਟਰਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਸੋ ਪਾਉਣੀ ਕਿਹਨੂੰ ਆ ਉਹ ਤੁਹਾਡਾ ਆਪਣਾ ਫੈਸਲਾ ਹੋਊਗਾ। ਸੋ ਦੇਖਦੇ ਰਹੋ ਜਗਬਾਣੀ ਟੀ ਵੀ, ਦਲਬੀਰ ਜੱਲੋਵਾਲੀਆ ਦੇ ਨਾਲ ਕੈਮਰਾਮੈਨ ਜੀਵਨ ਜੋਤ। ਥੈਂਕ ਯੂ।